ਕਮੇਟੀ ਲਈ ਬਹੁਤ ਹੀ ਖੁਸ਼ੀਆਂ ਦਾ ਦਿਹਾੜਾ ਕਿ ਜਿੱਥੇ ਦੇਸ਼ ਦੁਨੀਆ ਤੋਂ ਦੇਸ਼ ਪ੍ਰਦੇਸ਼ ਤੋਂ ਹਰ ਧਰਮ ਦੇ ਹਰ ਨਸਲ ਦੇ ਹਰ ਜਾਤ ਦੇ ਹਰ ਰੰਗ ਦੇ ਯਾਤਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਉਂਦੇ ਨੇ ਉਹਨਾਂ ਦੀ ਅਗਵਾਈ ਕਰਨ ਵਾਸਤੇ ਉਹਨਾਂ ਨੂੰ ਸਾਰੇ ਸਿਸਟਮ ਦਾ ਸਾਰੇ ਸਿਧਾਂਤ ਦਾ ਜਾਣਕਾਰੀ ਦੇਣ ਵਾਸਤੇ ਉਹ ਇਹ ਸਾਡਾ ਇਨਫੋਰਮੇਸ਼ਨ ਸੈਂਟਰ ਸੀ ਸੂਚਨਾ ਕੇਂਦਰ ਜਿਹੜਾ ਪੁਰਾਣੇ ਸਮੇਂ ਤੋਂ ਹੀ ਇੱਥੇ ਕਾਰਜਸ਼ੀਲ ਸੀ ਲੇਕਿਨ ਸੰਗਤਾਂ ਦਾ ਆਮਦ ਵੇਖ ਕੇ ਸੰਗਤਾਂ ਦੀਆਂ ਲੋੜਾਂ ਵੇਖ ਕੇ ਉਹਨੂੰ ਮੁੜ ਤੋਂ ਜਿਹੜਾ ਉਹਦੀ ਉਸਾਰੀ ਕਰਾ ਕੇ ਵੱਡਾ ਵਿਸਤ੍ਰਿਤ ਸੂਚਨਾ ਕੇਂਦਰ ਬਣਾਇਆ ਗਿਆ ਉਹ ਅੱਜ ਸੂਚਨਾ ਕੇਂਦਰ ਦਾ ਉਦਘਾਟਨ ਕਰਕੇ ਇੱਥੋਂ ਦੇ ਸਟਾਫ ਦੇ ਹਵਾਲੇ ਕੀਤਾ ਗਿਆ ਤਾਂ ਜੋ ਆਉਣ ਵਾਲੀ ਸਿੱਖ ਸੰਗਤਾਂ ਜਾਂ ਦੂਜੇ ਸ਼ਰਧਾਲੂ ਨੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਨਾ ਆਵੇ ਪਰ ਸਾਰੀ ਜਾਣਕਾਰੀ ਆ ਉਹ ਸੂਚਨਾ ਕੇਂਦਰ ਵਿੱਚੋਂ ਪ੍ਰਾਪਤ ਕਰਕੇ ਅੰਦਰ ਜਾਣ ਔਰ ਇੱਥੋਂ ਸਾਡਾ ਇੱਕ ਅਧਿਕਾਰੀ ਜਿਹੜਾ ਹੈ ਉਹ ਨਾਲ ਜਾਏਗਾ ਜਿਹੜੀ ਭਾਸ਼ਾ ਵਾਲੇ ਵੀ ਲੋਕ ਹੋਣਗੇ ਉਹ ਉਸ ਭਾਸ਼ਾ ਦੇ ਵਿੱਚ ਨਾਲ ਹੋ ਕੇ ਸਾਰਾ ਜੋ ਇਤਿਹਾਸ ਆ ਸਾਡਾ ਜੋ ਸਾਡਾ ਸਿਧਾਂਤ ਹੈ ਸਾਡੀ ਮਰਿਆਦਾ ਹੈ ਉਹਦੇ ਬਾਰੇ ਨੂੰ ਜਾਣਕਾਰੀ ਹਾਂਜੀ ਇਹ ਰੱਬ ਦਾ ਘਰ ਹੈ ਇਹ ਪਰਮਾਤਮਾ ਦਾ ਘਰ ਹੈ ਇਹ ਹਰੀ ਦਾ ਮੰਦਰ ਹੈ ਇਹ ਕਾਰ ਪੁਰਖ ਦਾ ਘਰ ਹੈ ਦਰਬਾਰ ਸਾਹਿਬ ਹੈ ਇੱਥੇ ਦੁਨੀਆ ਦੇ ਬਹੁਤ ਵੱਡੇ ਵੱਡੇ ਸਾਰੇ ਬੜੇ ਮੁਲਕਾਂ ਦੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਬੜੀ ਸ਼ਰਧਾ ਨਾਲ ਬੜੇ ਸਤਿਕਾਰ ਨਾਲ ਬੜੇ ਨਿਮਰਤਾ ਨਾਲ ਬੜੇ ਨਿਮਾਣੇ ਹੋ ਕੇ ਆਉਂਦੇ ਨੇ ਸਾਨੂੰ ਖੁਸ਼ੀ ਹੈ ਕਿ ਭਾਰਤ ਦੇ ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਵੀ ਅੱਜ ਆ ਰਹੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਜੋ ਸਾਡੀਆਂ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਅਨੁਸਾਰ ਬਣਦਾ ਮਾਣ ਸਮਾਨ ਸਤਿਕਾਰ ਕਰੇਗੀ ਕੋਈ ਮੰਗ ਪੱਤਰ ਦਿੱਤਾ ਜਾਣਾ ਉਹਦੇ ਸ਼ਰਧਾਲੂ ਦੇ ਤੌਰ 'ਤੇ ਆਉਣਾ ਨਾ ਹੀ ਕੋਈ ਜਿਹੜਾ ਦਰਬਾਰ ਸਾਹਿਬ ਦਰਸ਼ਨ ਦਰੇ ਕਰਨ